ਸਵਾਗਤ ਆ ਮੇਰੇ ਚੈਨਲ ਟਰੂਵਰ ਵਾਈਜ਼ ਉੱਤੇ। ਅਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਕੈਨੇਡਾ ਮੋਨਟਰਲ ਕਿਊਬੈਕ। ਸੋ ਮੈਨੂੰ ਇੱਥੇ ਆਏ 2 ਮਹੀਨੇ ਹੋ ਗਏ ਅਤੇ ਮੈਂ ਉਸ ਤੋਂ ਲੈ ਕੇ ਹੁਣ ਤਾਈਂ ਕੋਈ ਵੀਡੀਓ ਨਹੀਂ ਬਣਾ ਸਕਿਆ ਡਿਊ ਟੂ ਬਿਜ਼ੀ ਸਕੈਡਿਊਲ। ਸੋ ਇਹ ਮੇਰਾ ਫਸਟ ਵੀਲੋਗ ਆ ਕੈਨੇਡਾ ਆਉਣ ਤੋਂ ਬਾਅਦ। ਅਤੇ ਇੱਥੇ ਆਪਾਂ ਹੈਗੇ ਜੀ ਹੁਣ -3 degrees ਆ ਜਿਹੜਾ ਉਹ ਦਿਨ ਵਿੱਚ ਟੈਂਪਰੇਚਰ ਚੱਲ ਰਿਹਾ ਅਤੇ ਇਹ ਰਾਤ ਨੂੰ ਜਿਹੜਾ -12 ਤੱਕ ਚਲਾ ਜਾਂਦਾ। ਸੋ ਆਪਾਂ ਗੱਲ ਅੱਜ ਕਰਾਂਗੇ ਕੈਨੇਡਾ ਦੇ ਓਵਰਵਿਊ ਬਾਰੇ, ਇਹਦੇ ਵਿੱਚ ਹੁਣ ਕੀ ਉਹ ਏਅਰਪੋਰਟ ਤੋਂ ਲੈ ਕੇ ਉਸ ਤੋਂ ਬਾਅਦ ਕੀ ਜਿਹੜੇ ਆਪਾਂ ਨੂੰ ਇੱਥੇ ਆ ਕੇ ਜਿਹੜੇ ਆਪਣੇ ਡਾਕੂਮੈਂਟ ਰੈਡੀ ਕਰਨੇ ਪਏ ਜਾਂ ਅਕੋਮੋਡੇਸ਼ਨ ਵਾਸਤੇ ਸਰਚ ਕਰਨੀ ਪਈ, ਅਤੇ ਕਿਵੇਂ ਜਿਹੜੀ ਮੈਨੂੰ ਇੱਥੇ 2 ਮਹੀਨਿਆਂ ਦੇ ਵਿੱਚ ਸੈਟਿੰਗ ਜਿਹੜੀ ਮੈਂ ਕੀਤੀ ਆਪਦੀ, ਅਤੇ ਕੀ ਜਿਹੜਾ ਆਪਾਂ ਨੂੰ ਇੱਥੇ ਆਉਣ ਤੋਂ ਬਾਅਦ ਕੰਮ ਕਰਨਾ ਪੈਂਦਾ ਇਨੀਸ਼ੀਅਲ ਡੇਸ ਵਿੱਚ ਸੈੱਟ ਹੋਣ ਦੇ ਵਾਸਤੇ। ਸੋ ਆਹ ਜਿਹੜੀ ਮੈਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਊਂਗਾ, ਕਿਉਂਕਿ 2 ਮਹੀਨੇ ਹੋ ਗਏ ਮੈਂ ਕੋਈ ਵੀਡੀਓ ਬਣਾ ਨਹੀਂ ਸਕਿਆ, ਅਤੇ ਇਸ ਕਰਕੇ ਜਿਹੜੀ ਹੈ ਕੀ ਕਹਿੰਦੇ ਆ ਇਸ ਵੀਡੀਓ 'ਚ ਇਹ ਥੋੜ੍ਹਾ ਜਿਹਾ ਸ਼ਾਇਦ ਵੀਲੋਗ ਲੰਬਾ ਹੋ ਜਾਵੇ, ਇਹਦੇ 'ਚ ਮੈਂ ਤੁਹਾਨੂੰ ਪੂਰੀ ਜਿਹੜੀ ਹੈ ਜਾਣਕਾਰੀ ਉਹ ਦਊਂਗਾ, ਅਤੇ ਵੀ ਕੀ ਜਿਹੜਾ ਆਪਾਂ ਨੂੰ ਪ੍ਰੋਸੀਜਰ ਫੋਲੋ ਕਰਨੇ ਪੈਂਦੇ ਆ ਇੱਥੇ, ਕਿਹੜੇ ਰੂਲ ਫੋਲੋ ਕਰਨੇ ਪੈਂਦੇ ਆ, ਅਤੇ ਕੋਲੇਜ ਦਾ ਇਨਵਾਇਰਮੈਂਟ ਕਿਵੇਂ ਹੁੰਦਾ, ਅਤੇ ਕੋਲੇਜ ਦੀ ਸਟੱਡੀ ਕਿਵੇਂ ਹੁੰਦੀ ਆ, ਸਿਮ ਨੰਬਰ ਕਿਵੇਂ ਅਪਲਾਈ ਕਰਨਾ, ਬੈਂਕ 'ਚ ਅਕਾਊਂਟ ਕਿਵੇਂ ਐਕਟਿਵ ਕਰਾਉਣਾ, ਮੈਟਰੋ ਕਾਰਡ ਆ ਜਿਹੜਾ ਉਹ ਕਿਵੇਂ ਤੁਸੀਂ ਕਿਵੇਂ ਅਪਲਾਈ ਕਰਨਾ, ਸਟੂਡੈਂਟ ਵਾਲਾ ਉਹਦੀ ਕਿੰਨੀ ਫੀਸ ਹੈ। ਸੋ ਇਹ ਇਸ ਤਰ੍ਹਾਂ ਦੀ ਜਿਹੜੀਆਂ ਮੈਂ ਤੁਹਾਨੂੰ ਅੱਜ ਇਨਫੋਰਮੇਸ਼ਨ ਦਊਂਗਾ। ਸੋ ਚਲੋ ਆ ਜਾਓ ਚੱਲਦੇ ਹਾਂ, ਬਾਹਰ ਹੈਗੀ ਥੋੜ੍ਹੀ ਠੰਡ ਅਤੇ ਆਪਾਂ ਅੰਦਰ ਬਹਿ ਕੇ ਗੱਲ ਕਰਦੇ ਹਾਂ ਰੂਮ ਵਿੱਚ। ਚਲੋ ਜੀ ਆ ਜਾਓ ਮਿਲਦੇ ਹਾਂ। ਹਾਂਜੀ ਦੋਸਤੋ, ਅਤੇ ਹੁਣ ਆਪਾਂ ਆ ਗਏ ਹਾਂ ਰੂਮ ਵਿੱਚ, ਬਾਹਰ ਸੀਗੀ ਠੰਡ, ਮੈਂ ਕਿਹਾ ਚਲੋ ਚਲੀਏ ਅੰਦਰ ਜਾ ਕੇ ਸਾਰੀ ਹੈ ਜਿਹੜੀ ਉਹ ਗੱਲਬਾਤ ਕਰਦੇ ਹਾਂ, ਸਾਰਾ ਕੁਝ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਅਤੇ ਜਿਵੇਂ ਆਪਾਂ ਇੰਡੀਆ ਤੋਂ ਇੱਥੇ ਆਏ ਹਾਂ ਉੱਥੇ ਕੀ ਪ੍ਰੋਸੀਜਰ ਫੋਲੋ ਕਰਨਾ ਪਿਆ ਮੈਂ ਤੁਹਾਨੂੰ ਸਟੈਪ ਬਾਏ ਸਟੈਪ ਦੱਸੂਗਾ। ਮੈਂ ਕੋਸ਼ਿਸ਼ ਕਰੂੰਗਾ ਕਿ ਜਿਹੜੇ ਆ 2 ਮਹੀਨਿਆਂ 'ਚ ਜੋ ਵੀ ਆ ਇਨੀਸ਼ੀਅਲ ਡੇਸ 'ਚ ਆਪਾਂ ਨੂੰ ਇੱਥੇ ਲਾਈਫ ਸੈਟਲ ਹੋਣ ਵਾਸਤੇ ਜੋ ਵੀ ਆਪਾਂ ਨੂੰ ਪ੍ਰੋਸੀਜਰ ਫੋਲੋ ਕਰਨੇ ਪਏ ਆ, ਅਤੇ ਜਿਹੜੇ ਡਾਕੂਮੈਂਟ ਰੈਡੀ ਕਰਨੇ ਪਏ ਆ ਉਹ ਕਿਵੇਂ ਰੈਡੀ ਕਰਨੇ ਆ, ਅਤੇ ਕਿੰਨਾ ਕੁ ਟਾਈਮ ਲੱਗਦਾ, ਇਹ ਸਾਰੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਉਹ ਮੈਂ ਬੜੀ ਦੇਰ ਬਾਅਦ ਆਹ ਕੈਨੇਡਾ ਆ ਕੇ ਆਹ ਵੀਡੀਓ ਬਣਾਉਣ ਲੱਗਾ, ਅਤੇ ਇਹਦੇ 'ਚ ਮੈਂ ਕੋਸ਼ਿਸ਼ ਕਰੂੰਗਾ ਵੀ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਆ ਪੁਆਇੰਟ ਉਹ ਕਵਰ ਕਰ ਸਕਾਂ। ਅਤੇ ਇੱਕ ਹੋਰ ਗੱਲ ਕਿ ਜਦੋਂ ਇੱਥੇ ਆਪਾਂ ਏਅਰਪੋਰਟ ਤੋਂ ਇੱਥੇ ਲੈਂਡ ਹੁੰਦੇ ਹਾਂ, ਆਪਾਂ ਆਪਣੇ ਹੁਣ ਜ਼ਿਆਦਾਤਰ ਜਿਹੜੇ ਸਟੂਡੈਂਟਸ ਦੇ ਆ ਉਹ ਇੱਥੇ ਜ਼ਿਆਦਾ ਰਿਲੇਟਿਵ ਜਾਂ ਹੋਰ ਕੋਈ ਕਨੈਕਸ਼ਨ ਨਹੀਂ ਹੁੰਦੇ, ਫਰੈਂਡਸ ਵਗੈਰਾ ਨਹੀਂ ਹੁੰਦੇ। ਅਤੇ ਮੈਂ ਲੱਕੀ ਸੀਗਾ, ਮੇਰੇ ਇੱਥੇ ਫਰੈਂਡ ਹੈਗਾ ਸੀਗਾ, ਉਹ ਮੈਨੂੰ ਏਅਰਪੋਰਟ 'ਤੇ ਲੈ ਕੇ ਗਏ, ਅਤੇ ਉਹਨਾਂ ਨੇ ਪਲੱਸ ਮੈਨੂੰ ਜਿਹੜੀ ਆ ਅਕੋਮੋਡੇਸ਼ਨ ਪ੍ਰੋਵਾਈਡ ਕੀਤੀ, ਮੈਨੂੰ ਘਰ ਲੈ ਕੇ ਦਿੱਤਾ, ਅਤੇ ਉਹ ਮੇਰੇ ਵਾਸਤੇ ਉਹਨਾਂ ਨੇ ਬਹੁਤ ਹੀ ਆਸਾਨ ਕਰਤਾ ਜੀ। ਅਤੇ ਸੋ ਮੈਂ ਖੁਸ਼ਕਿਸਮਤ ਸੀ ਜਿਹੜਾ ਇਹੋ ਜਿਹੇ ਮੈਨੂੰ ਜਿਹੜੇ ਫਰੈਂਡ ਮਿਲੇ ਇੱਥੇ ਆ ਕੇ। ਸੋ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਜ਼ਿਆਦਾਤਰ ਜਿਹੜੇ ਸਟੂਡੈਂਟਸ ਦੇ ਜਿਹੜੇ ਇੱਥੇ ਰਿਲੇਟਿਵ ਵਗੈਰਾ ਜਾਂ ਫਰੈਂਡਸ ਨਹੀਂ ਹੁੰਦੇ, ਜਾਂ ਫਰੈਂਡਸ ਹੁੰਦੇ ਵੀ ਆ ਅਤੇ ਉਹਨਾਂ ਨੂੰ ਉਹ ਇੰਨਾ ਕੁ ਉਹਨਾਂ ਦਾ ਬਿਜ਼ੀ ਸਕੈਡਿਊਲ ਹੁੰਦਾ ਜਾਂ ਹੋਰ ਵੀ ਕਿਸੇ ਕਾਰਨ ਕਰਕੇ ਉਹ ਏਅਰਪੋਰਟ 'ਤੇ ਪਿੱਕ ਨਹੀਂ ਕਰਨ ਆ ਸਕਦੇ ਹੁੰਦੇ ਕਈ ਵਾਰੀ, ਅਤੇ ਇਸ ਕਰਕੇ ਜਿਹੜਾ ਮੈਂ ਵੈ ਇੱਥੇ ਆ ਕੇ, ਚਲੋ ਮੈਨੂੰ ਤਾਂ ਸਫ਼ਰ ਨਹੀਂ ਕਰਨਾ ਪਿਆ, ਮੇਰੇ ਹੋਰ ਨਾਲ ਕਈ ਫਰੈਂਡ ਸੀ ਉਹਨਾਂ ਨੂੰ ਸਫ਼ਰ ਕਰਨਾ ਪਿਆ। ਸੋ ਇਸ ਕਰਕੇ ਮੈਂ ਸਲਾਹ ਬਣਾਈ ਕਿ ਜਿਹੜੇ ਇੰਡੀਆ ਤੋਂ ਜਿਹੜੇ ਸਟੂਡੈਂਟ ਆਉਂਦੇ ਆ ਉਹਨਾਂ ਨੂੰ ਇੱਥੇ ਆ ਕੇ ਸਫ਼ਰ ਨਾ ਕਰਨਾ ਪਵੇ, ਇਸ ਕਰਕੇ ਮੈਂ ਗਰੁੱਪ ਬਣਾਇਆ ਵਟਸਐਪ 'ਤੇ, ਤੁਸੀਂ ਜਿਹੜਾ ਮੈਨੂੰ ਫੇਸਬੁੱਕ 'ਤੇ ਮੇਰਾ ਪੇਜ ਚੱਲ ਰਿਹਾ ਟਰੂ ਐਡਵਾਈਜ਼ਰ, ਅਤੇ ਉਹਦੇ 'ਤੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ, ਅਤੇ ਇੰਸਟਾ ਆਈ ਡੀਸ ਵੀ ਮੈਂ ਪ੍ਰੋਵਾਈਡ ਕਰ ਦੂੰਗਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬੋਕਸ 'ਚ, ਅਤੇ ਤੁਸੀਂ ਉਸ ਲਿੰਕ ਨੂੰ ਫੋਲੋ ਕਰਕੇ ਤੁਸੀਂ ਮੈਨੂੰ ਉੱਥੇ ਫੋਲੋ ਕਰ ਸਕਦੇ ਹੋ, ਅਤੇ ਇੰਸਟਾ 'ਤੇ ਮੈਨੂੰ ਤੁਸੀਂ ਫੋਲੋ ਕਰਕੇ ਆਪਣੀ ਜੋ ਵੀ ਤੁਹਾਡੇ ਮਨ 'ਚ ਜਿਹੜੀ ਵੀ ਕਿਊਰੀ ਆ, ਕੋਈ ਵੀ ਕੁਐਸਚਨ ਜਿਹੜਾ ਪੁੱਛਣਾ ਚਾਹੁੰਦੇ ਹੋ ਅਤੇ ਉਹ ਮੈਸੇਜ ਕਰਕੇ ਮੈਨੂੰ ਪੁੱਛ ਸਕਦੇ ਹੋ, ਅਤੇ ਮੈਂ ਉਸ ਕਿਊਰੀ ਦਾ ਜਲਦੀ ਤੋਂ ਜਲਦੀ ਆਂਸਰ ਦੇਣ ਦੀ ਕੋਸ਼ਿਸ਼ ਕਰੂੰਗਾ। ਸੋ ਕਈ ਲੋਕਾਂ ਨੂੰ ਜਿਹੜਾ ਇਹ ਸਫ਼ਰ ਕਰਨਾ ਪੈਂਦਾ ਸੀ ਇੱਥੇ ਆ ਕੇ, ਇਸ ਕਰਕੇ ਜੋ ਹੈ ਮੈਂ ਸਲਾਹ ਬਣਾਈ, ਕਈ ਜਿਹੜੇ ਆ ਟੈਕਸੀ ਡਰਾਈਵਰ ਆ ਜਿਹੜੇ ਆਪਣੇ ਇੱਥੇ ਮੁੰਡੇ ਕੰਮ ਕਰ ਰਹੇ ਆ ਉਹਨਾਂ ਨਾਲ ਵੀ ਕੰਟੈਕਟ ਕੀਤਾ, ਅਤੇ ਹੋਰ ਵੀ ਜਿਹੜੇ ਪੁਰਾਣੇ ਮੁੰਡੇ ਇੱਥੇ ਵਰਕ ਪਰਮਿਟ 'ਤੇ ਆ ਉਹ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਬਹੁਤ ਹੀ ਘੱਟ ਖਰਚੇ ਦੇ ਵਿੱਚ ਇਹ ਜਿਹੜੀ ਅਸੀਂ ਸਰਵਿਸ ਪ੍ਰੋਵਾਈਡ ਕਰਨੇ 'ਚ ਰਾਜੀ ਹੋ ਗਏ ਆ। ਅਤੇ ਇਸ ਕਰਕੇ ਜਿਹੜੇ ਵੀ ਦੋਸਤ ਮਿੱਤਰ ਹੁਣ ਇੰਡੀਆ ਤੋਂ ਆਉਣਾ ਚਾਹੁੰਦੇ ਆ ਅਤੇ ਉਹਨਾਂ ਦਾ ਜੇ ਇੱਥੇ ਕੋਈ ਉਹਨਾਂ ਨੂੰ ਏਅਰਪੋਰਟ ਤੋਂ ਪਿੱਕ ਕਰਨ ਵਾਲਾ ਹੈ ਨਹੀਂ ਜਾਂ ਉਹਨਾਂ ਨੂੰ ਕੋਈ ਵੀ ਅਕੋਮੋਡੇਸ਼ਨ ਰੂਮ ਵਗੈਰਾ ਲੱਭਣ ਵਿੱਚ ਜੇ ਹੈਲਪ ਚਾਹੀਦੀ ਆ, ਅਸੀਂ ਉਹਨਾਂ ਨੂੰ ਜ਼ਰੂਰ ਲੱਭਣ 'ਚ ਹੈਲਪ ਕਰਕੇ ਦੇਵਾਂਗੇ। ਅਤੇ ਪਲੱਸ ਜੇ ਉਹਨਾਂ ਨੇ GIC ਅਕਾਊਂਟ ਐਕਟੀਵੇਟ ਕਰਵਾਉਣਾ ਉਹਦੇ 'ਚ ਹੈਲਪ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਜਿਹੜਾ ਸਿਮ ਨੰਬਰ ਹੈ ਸਰਵਿਸ ਕੈਨੇਡਾ ਤੋਂ ਜਾ ਕੇ ਜਿਹੜਾ ਉਹ ਸਿਮ ਨੰਬਰ ਤੁਹਾਨੂੰ ਅਪਲਾਈ ਕਰਨਾ ਪੈਣਾ ਇੱਥੇ ਆ ਕੇ, ਅਤੇ ਧਿਆਨ ਇਹ ਗੱਲ ਜ਼ਰੂਰ ਤੁਸੀਂ ਧਿਆਨ 'ਚ ਰੱਖਣੀ ਹੈ ਕਿ ਜਦੋਂ ਵੀ ਤੁਸੀਂ ਏਅਰਪੋਰਟ 'ਤੇ ਲੈਂਡ ਕਰੋ ਇੱਥੇ ਕੈਨੇਡਾ, ਅਤੇ ਏਅਰਪੋਰਟ 'ਤੇ ਜਿਹੜੇ ਇਮੀਗ੍ਰੇਸ਼ਨ ਵਾਲੇ ਹੁੰਦੇ ਆ ਇਮੀਗ੍ਰੇਸ਼ਨ ਵਾਲਿਆਂ ਤੋਂ ਕਦੇ ਸਿਮ ਨੰਬਰ ਬਾਰੇ ਨਾ ਪੁੱਛੋ, ਅਤੇ ਕਈ ਵਾਰੀ ਉਹ ਕਹਿਣ ਲੱਗ ਪੈਂਦੇ ਆ ਕਿ ਕਿਉਂਕਿ ਸਿਮ ਨੰਬਰ ਜਿਹੜਾ ਹੈ ਉਹ ਕੰਮ ਦੇ ਨਾਲ ਰਿਲੇਟਡ ਹੁੰਦਾ,
ਤੇ ਉਹ ਇੱਕ ਤਰ੍ਹਾਂ ਦਾ ਜਿਵੇਂ ਆਪਣਾ ਇੰਡੀਆ ਚ ਪੈਨ ਕਾਰਡ ਹੁੰਦਾ ਉਵੇਂ ਇੱਥੇ ਸਿਮ ਨੰਬਰ ਹੁੰਦਾ। ਤੇ ਜੇ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਸਿਮ ਨੰਬਰ ਆਪਾਂ ਨੂੰ ਕਿੱਥੋਂ ਮਿਲੂਗਾ, ਜਾਂ ਉਹ ਥੋੜੇ ਜੇ ਹੋਰ ਵੇ ਨਾਲ ਉਸ ਗੱਲ ਨੂੰ ਲੈ ਲੈਂਦੇ ਆ। ਸੋ ਇਸ ਕਰਕੇ ਆਹ ਗੱਲਾਂ ਉਹਨਾਂ ਤੋਂ ਨਾ ਪੁੱਛੋ, ਕਿਉਂਕਿ ਸਿਮ ਨੰਬਰ ਹੈ ਜਿਹੜਾ ਤੁਹਾਨੂੰ ਉਹ ਕੈਨੇਡਾ ਏਅਰਪੋਰਟ ਤੋਂ ਬਾਹਰ ਜਾ ਕੇ ਇੱਥੇ ਕੈਨੇਡਾ ਦੇ ਵਿੱਚ ਮਿਲੂਗਾ ਸਰਵਿਸ ਕੈਨੇਡਾ ਤੋਂ। ਤੇ ਉੱਥੇ ਜਾ ਕੇ ਤੁਸੀਂ ਆਪਣਾ ਸਿਮ ਨੰਬਰ ਲੈ ਸਕਦੇ ਹੋ, ਆਪਣਾ ਸਟੱਡੀ ਪਰਮਿਟ ਦਿਖਾ ਕੇ ਤੇ ਆਪਣਾ ਪਾਸਪੋਰਟ ਦਿਖਾ ਕੇ। ਤੇ ਜਿਹੜਾ ਸਟੱਡੀ ਪਰਮਿਟ ਆ ਉਹ ਜ਼ਰੂਰ ਤੁਹਾਨੂੰ ਇਮੀਗ੍ਰੇਸ਼ਨ ਜਿਹੜਾ ਓਨ ਦੀ ਸਪੋਰਟ ਜਦੋਂ ਤੁਸੀਂ ਏਅਰਪੋਰਟ ਤੇ ਲੈਂਡ ਕਰੋਗੇ, ਏਅਰਪੋਰਟ ਤੇ ਜਾ ਕੇ ਇਮੀਗ੍ਰੇਸ਼ਨ ਅਥਾਰਟੀ ਤੋਂ ਉਹ ਤੁਹਾਨੂੰ ਓਨ ਦੀ ਸਪੋਰਟ ਸਟੱਡੀ ਪਰਮਿਟ ਜਿਹੜਾ ਰੈਡੀ ਕਰਕੇ ਦੇਣਗੇ। ਤੇ ਪਲੱਸ ਜਿਵੇਂ ਇੱਥੇ ਮੋਂਟਰੀਅਲ ਵਿੱਚ 2 ਸਾਲ ਦੀ ਸਟੱਡੀ ਹੁੰਦੀ ਹੈ ਤੇ ਉਹਦੇ ਵਿੱਚ 3 ਸਮੈਸਟਰ ਜਿਹੜੇ ਆ ਉਹ ਕਲਾਸਿਸ ਲੱਗਦੀਆਂ ਤੇ 4th ਸਿਮ ਜਿਹੜਾ ਹੁੰਦਾ ਉਹ ਕੋ ਅਪ ਯਾਨੀ ਕਿ ਇੰਟਰਨਸ਼ਿਪ ਲੱਗਦੀ ਹੈ ਜੀ ਕਿਸੇ ਕੰਪਨੀ ਵਿੱਚ ਟ੍ਰੇਨਿੰਗ ਵਗੈਰਾ ਲੱਗਦੀ ਹੈ। ਤੇ ਉਹ ਫਿਰ ਸਟੂਡੈਂਟ ਨੂੰ ਇਮੀਗ੍ਰੇਸ਼ਨ ਅਥਾਰਟੀ ਇੱਕ ਸਟੱਡੀ ਪਰਮਿਟ ਪਲੱਸ ਉਹਦੇ ਨਾਲ ਇੱਕ ਵਰਕ ਪਰਮਿਟ ਵੀ ਜਿਹੜਾ ਉਹ ਜਾਰੀ ਕਰਕੇ ਦਿੰਦੀ ਹੈ। ਤੇ ਉਹ ਵਰਕ ਪਰਮਿਟ ਜਿਹੜਾ ਹੁੰਦਾ ਉਹ ਕੁਛ ਕੁ ਟਾਈਮ ਵਾਸਤੇ ਹੁੰਦਾ ਜਿੰਨੀ ਕੁ ਆਪਣੀ ਟ੍ਰੇਨਿੰਗ ਲੱਗਣੀ ਹੁੰਦੀ ਹੈ, ਲਾਈਕ 3 to 4 months। ਤੇ ਇਸ ਡਿਊਰੇਸ਼ਨ ਦੇ ਜਿਹੜਾ ਉਹ ਵਰਕ ਪਰਮਿਟ ਵੀ ਤੁਹਾਨੂੰ ਜਿਹੜਾ ਜਨਰੇਟ ਕਰਕੇ ਦਿੰਦੇ ਆ। ਤੇ ਜਿਹੜਾ ਆਪਾਂ ਦੂਸਰਾ ਵਰਕ ਪਰਮਿਟ ਅਪਲਾਈ ਕਰਨਾ ਹੁੰਦਾ ਉਹ ਇੱਥੇ ਸਟੱਡੀ ਖਤਮ ਹੋਣ ਤੋਂ ਬਾਅਦ ਆਪਾਂ ਕਰਨਾ ਹੁੰਦਾ, ਜਿਹੜਾ ਮੇਨ 2 ਜਾਂ 3 ਸਾਲ ਪਰਮਿਟ ਮਿਲਦਾ। ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਏਅਰਪੋਰਟ ਤੇ। ਜਦੋਂ ਆਪਾਂ ਇੱਥੇ ਕੈਨੇਡਾ ਏਅਰਪੋਰਟ ਤੇ ਲੈਂਡ ਹੋ ਗਏ ਉਸ ਤੋਂ ਬਾਅਦ ਆਪਾਂ ਡਾਇਰੈਕਟ ਜਾਣਾ ਹੁੰਦਾ ਵਾ ਇਮੀਗ੍ਰੇਸ਼ਨ ਕਾਊਂਟਰ ਤੇ। ਉੱਥੇ ਜਾ ਕੇ ਤੁਸੀਂ ਵੇਟਿੰਗ ਏਰੀਆ 'ਚ ਵੇਟ ਕਰਨੀ ਆ ਆਪਣਾ ਟੋਕਨ ਰਿਲੀਜ਼ ਕਰਕੇ। ਉਹ ਟੋਕਨ ਤੇ ਤੁਹਾਡਾ ਇੱਕ ਨੰਬਰ ਲਿਖਿਆ ਹੋਊਗਾ ਕਿ ਤੁਹਾਡੀ ਵਾਰੀ ਕਦੋਂ ਆਉਣੀ ਆ। ਫਿਰ ਉਹ ਤੁਹਾਡਾ ਪਾਸਪੋਰਟ ਵਗੈਰਾ ਦੇਖਣਗੇ, ਤੁਹਾਨੂੰ ਮਾੜਾ ਮੋਟਾ ਪੁੱਛਣਗੇ ਕਿ ਹਾਂਜੀ ਤੁਸੀਂ ਸਟੱਡੀ ਬੇਸ ਤੇ ਆਏ ਹੋ ਇੱਥੇ ਤੇ ਕਿਹੜਾ ਕੋਲਜ ਆ ਤੁਹਾਡਾ ਤੇ ਕਿੰਨੇ ਸਾਲ ਦਾ ਕੋਰਸ ਆ। ਬਸ ਇਹ ਛੋਟੇ ਮੋਟੇ ਸਵਾਲ ਜੇ ਪੁੱਛਦੇ ਆ, ਬਾਹਲੀ ਕੁਸ਼ਚਨ ਆਨਸਰਿੰਗ ਜਿਹੜੇ ਉਹ ਨਹੀਂ ਕਰਦੇ। ਤੇ ਬਸ ਉਹ ਇੰਟਰਵਿਊ ਵਾਲਾ ਨਹੀਂ ਹਿਸਾਬ ਹੁੰਦਾ, ਉਹ ਜਸਟ ਨੋਰਮਲ ਟੋਕ ਹੁੰਦੀ ਹੈ। ਤੇ ਬਸ ਤੁਸੀਂ ਦੱਸ ਦੇਣਾ ਵੀ ਆਹ ਕੋਲਜ ਹੈ ਤੇ ਇੰਨੇ ਸਾਲ ਦੀ ਜਿਹੜੀ ਹੈ ਸਟੱਡੀ ਹੈ ਸਾਡੀ, ਤੇ ਉਹ ਤੁਹਾਨੂੰ ਜਿਹੜਾ ਸਟੱਡੀ ਪਰਮਿਟ ਫਿਰ ਜਨਰੇਟ ਕਰਕੇ ਦੇ ਦੇਣਗੇ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੇ ਤੁਹਾਡਾ ਕੋਈ ਇੱਥੇ ਫਰੈਂਡ ਵਗੈਰਾ ਰਿਲੇਟਿਵ ਹੈਗਾ ਜੋ ਲੈਣ ਆ ਰਿਹਾ ਤਾਂ ਬਹੁਤ ਬੈਸਟ ਹੈ, ਫਿਰ ਉਹ ਆਪ ਹੀ ਤੁਹਾਨੂੰ ਉਹ ਅਕੋਮੋਡੇਸ਼ਨ ਜੇ ਤੁਸੀਂ ਉਹਦੇ ਨਾਲ ਰਹਿਣਾ ਤਾਂ ਠੀਕ ਹੈ ਜਾਂ ਅਕੋਮੋਡੇਸ਼ਨ ਪ੍ਰੋਵਾਈਡ ਕਰਕੇ ਦਊਗਾ। ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜੇ ਤੁਹਾਡੇ ਕੋਈ ਵੀ ਇੱਥੇ ਜਾਣਕਾਰ ਹੈ ਨਹੀਂ ਗਾ ਫਰੈਂਡ ਮਿੱਤਰ ਵਗੈਰਾ ਜਿਹੜਾ ਤੁਹਾਡਾ ਉਹ ਇੱਥੇ ਹੈਲਪ ਨਹੀਂ ਕਰ ਰਿਹਾ ਤੁਹਾਨੂੰ ਪਿੱਕ ਕਰਨ ਵਾਸਤੇ ਜਾਂ ਕੀ ਕਹਿੰਦੇ ਆ ਤੁਹਾਨੂੰ ਕੀ ਕਹਿੰਦੇ ਅਕੋਮੋਡੇਸ਼ਨ ਦਵਾਉਣ ਵਾਸਤੇ ਜਾਂ ਆਪਦੇ ਕੋਲ ਸਟੇ ਕਰਾਉਣ ਵਾਸਤੇ, ਤੇ ਤੁਸੀਂ ਜਿਹੜਾ ਟਰੂ ਐਡਵਾਈਜ਼ਰ ਮੇਰਾ ਪੇਜ ਆ ਫੇਸਬੁੱਕ ਤੇ ਉੱਥੇ ਮੈਨੂੰ ਮੈਸੇਜ ਕਰ ਸਕਦੇ ਹੋ ਆਉਣ ਤੋਂ ਥੋੜ੍ਹੀ ਦੇਰ ਪਹਿਲਾਂ, ਤੇ ਉੱਥੇ ਟਾਈਮਿੰਗ ਆਪਣੀ ਕਿਹੜੇ ਡੇ ਨੂੰ ਆਉਣਾ ਤੇ ਸਾਰੀ ਟਾਈਮਿੰਗ ਵਗੈਰਾ ਸਾਰਾ ਸਕੈਜੂਲ ਜਿਹੜਾ ਉਹ ਸੈਂਡ ਕਰ ਦੇਣਾ ਤੇ ਆਉਣ ਤੋਂ ਪਹਿਲਾਂ। ਫਿਰ ਮੈਂ ਤੁਹਾਡੀ ਪੂਰੀ ਪੂਰੀ ਹੈਲਪ ਕਰਨ ਦੀ ਕੋਸ਼ਿਸ਼ ਕਰੂੰਗਾ ਆਪਣੇ ਫਰੈਂਡ ਸਰਕਲ ਵਿੱਚ ਗੱਲ ਕਰਕੇ, ਬਾਈ ਚਾਂਸ ਜੇ ਮੈਂ ਬਿਜ਼ੀ ਹੋਊਂਗਾ ਮੈਂ ਹੋਰ ਕਿਸੇ ਬੰਦੇ ਨਾਲ ਗੱਲ ਕਰਕੇ ਉਹਨੂੰ ਭੇਜ ਸਕਦਾ ਤੇ ਤੁਹਾਡੀ ਹੈਲਪ ਕਰਨ ਵਾਸਤੇ। ਤੇ ਇਸ ਕਰਕੇ ਤੁਸੀਂ ਬੇਝਿਜਕ ਤੁਸੀਂ ਜਾਂ ਤਾਂ ਯੂਟਿਊਬ ਤੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਜੇ ਆਉਣਾ, ਤੇ ਜੇ ਤੁਹਾਨੂੰ ਇਹ ਸਰਵਿਸ ਵਗੈਰਾ ਚਾਹੀਦੀ ਹੈ ਤੇ ਜਾਂ ਮੇਰੀ ਇੰਸਟਾ ID ਜਿਹੜੀ ਹੈ ਮੈਂ ਉਹ ਡਿਸਕ੍ਰਿਪਸ਼ਨ ਬੋਕਸ ਵਿੱਚ ਜਿਹੜੀ ਪਾਊਂਗਾ ਉਹਦੇ 'ਤੇ ਮੈਸੇਜ ਕਰ ਸਕਦੇ ਹੋ। ਤੇ ਇੱਥੇ ਵਟਸਐਪ ਗਰੁੱਪ ਵੀ ਬਣਾਇਆ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਉਹਦੇ 'ਚ ਵੀ ਮੈਂ ਤੁਹਾਨੂੰ ਐਡ ਕਰ ਦੂੰਗਾ। ਤੇ ਫਿਰ ਬਾਅਦ ਚੋਂ ਤੇ ਉਸ ਗਰੁੱਪ 'ਚ ਜੋਬ ਵਗੈਰਾ ਜਿਹੜੀ ਹੈ ਉਹ ਕਿਵੇਂ ਆਪਾਂ ਅਪਲਾਈ ਕਰਨੀ ਹੈ ਜੋ ਦਵਾਉਣ 'ਚ ਵੀ ਜਿਹੜੀ ਆ ਉਹ ਹੈਲਪ ਪੂਰੀ ਪੂਰੀ ਕੀਤੀ ਜਾਊਗੀ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੇ ਆਪਾਂ ਇੱਥੇ ਆ ਗਏ ਆਪਣਾ ਸਾਰੀ ਅਕੋਮੋਡੇਸ਼ਨ ਹੋ ਗਈ ਤੇ ਉਦੋਂ ਬਾਅਦ ਕੀ ਕਰਨਾ, ਉਦੋਂ ਬਾਅਦ ਜੀ ਆਪਣੀ ਦੇਖਣਾ ਜੀ ਤੁਹਾਡੀ ਓਰੀਐਂਟੇਸ਼ਨ ਕਦੋਂ ਹੈ, ਆਪਣੀ ਓਰੀਐਂਟੇਸ਼ਨ ਅਟੈਂਡ ਕਰਨ ਜਾਓ। ਤੇ ਇੱਕ ਗੱਲ ਧਿਆਨ ਜ਼ਰੂਰ ਰੱਖਣੀ ਹੈ ਕਿ ਤੁਸੀਂ ਆਪਣੀ ਕਲਾਸਿਸ ਸਟਾਰਟ ਹੋਣ ਤੋਂ ਪਹਿਲਾਂ ਲੀਗਲੀ ਇੱਥੇ ਕੰਮ ਨਹੀਂ ਕਰ ਸਕਦੇ, ਇਹ ਬਿਲਕੁਲ ਇਲੀਗਲ ਹੋਊਗਾ। ਤੇ ਤੁਸੀਂ ਓਰੀਐਂਟੇਸ਼ਨ ਕਈ ਵਾਰੀ ਉਸੇ ਦਿਨ ਨਹੀਂ ਹੁੰਦੀ ਹੈ ਜਿਸ ਦਿਨ ਕਲਾਸਿਸ ਹੁੰਦੀਆਂ ਕਈ ਕਾਲਜ ਦੇ ਹਿਸਾਬ ਨਾਲ, ਤੇ ਕਈ ਕਾਲਜ ਦੇ ਹਿਸਾਬ ਨਾਲ ਜਿਸ ਦਿਨ ਓਰੀਐਂਟੇਸ਼ਨ ਹੁੰਦੀ ਹੈ ਉਸ ਤੋਂ ਥੋੜ੍ਹੇ ਕੁ ਦਿਨ ਬਾਅਦ ਕਲਾਸਿਸ ਸਟਾਰਟ ਹੁੰਦੀਆਂ। ਤੇ ਜਦੋਂ ਕਲਾਸਿਸ ਸਟਾਰਟ ਹੋ ਗਈ ਤੁਸੀਂ ਉਦੋਂ ਹੀ ਇੱਥੇ ਕੰਮ ਕਰ ਸਕਦੇ ਹੋ ਲੀਗਲੀ, ਤੇ ਉਸ ਤੋਂ ਬਾਅਦ ਹੀ ਜਿਹੜਾ ਇਹ ਕੰਮ ਕਰਨਾ ਸਟਾਰਟ ਕਰਨਾ ਚਾਹੀਦਾ। ਤੇ ਫਿਰ ਜੋ ਤੁਹਾਨੂੰ ਉੱਥੇ ਸਾਰਾ ਸਕੈਜੂਲ ਪਤਾ ਲੱਗ ਜੂ, ਕਾਲਜ ਵਾਲੇ ਸਾਰੇ ਤੁਹਾਨੂੰ ਸਕੈਜੂਲ ਦੇ ਦੇਣਗੇ ਤੁਹਾਡੀ ਕਲਾਸਿਸ ਕਿੰਨੇ ਦਿਨ ਹੋਣਗੀਆਂ ਤੇ ਕਿਹੜੀਆਂ ਦੀ ਟਾਈਮਿੰਗ ਹੋਊਗੀ, ਈਵਨਿੰਗ ਹੋਊਗੀ ਮੋਰਨਿੰਗ ਟਾਈਮ ਵਿੱਚ ਕਲਾਸਿਸ ਲੱਗਣਗੀਆਂ ਕਿ ਈਵਨਿੰਗ ਟਾਈਮ ਵਿੱਚ ਕਲਾਸਿਸ ਲੱਗਣਗੀਆਂ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਦੋਂ ਤੁਹਾਡਾ ਇਹ ਸਾਰਾ ਹੋ ਗਿਆ
ਤੇ ਜਾਂ ਤੁਹਾਡੇ ਓਰੀਐਂਟੇਸ਼ਨ ਥੋੜੇ ਦਿਨਾਂ ਬਾਅਦ ਹੈ ਤੇ ਉਸ ਤੋਂ ਪਹਿਲਾਂ ਤੁਸੀਂ ਕਿਹੜਾ ਕੰਮ ਕਰਾ ਸਕਦੇ ਹੋ। ਉਸ ਤੋਂ ਪਹਿਲਾਂ ਤੁਸੀਂ ਆਪਣਾ ਬੈਂਕ ਸਕੋਸ਼ੀਆ ਬੈਂਕ ਜਿਹੜਾ ਵੀ ਤੁਹਾਡਾ ਤੁਸੀਂ ਬੈਂਕ 'ਚ ਅਕਾਊਂਟ ਓਪਨ ਕਰਵਾ ਕੇ ਆਏ ਉੱਧਰੋਂ, ਅਤੇ ਸਕੋਸ਼ੀਆ ਬੈਂਕ ਦੀ ਇੱਥੇ ਬਹੁਤ ਸਾਰੀਆਂ ਬ੍ਰਾਂਚ ਹੈ, ਮੋਸਟਲੀ ਇੱਥੇ ਸਕੋਸ਼ੀਆ ਬੈਂਕ 'ਚ ਹੀ ਸਟੂਡੈਂਟ ਹੈ ਆਪਣਾ ਅਕਾਊਂਟ ਓਪਨ ਕਰਵਾ ਕੇ ਆਉਂਦੇ ਆ, ਅਤੇ ਇਸ ਕਰਕੇ ਤੁਸੀਂ ਸਕੋਸ਼ੀਆ ਬੈਂਕ 'ਚ ਜਾਣਾ ਅਤੇ ਉੱਥੇ ਆਪਣਾ ਅਕਾਊਂਟ ਐਕਟੀਵੇਟ ਕਰਵਾਉਣਾ, ਆਪਣਾ ਪਾਸਪੋਰਟ ਲੈ ਜਾਇਓ, ਸਟੱਡੀ ਪਰਮਿਟ ਲੈ ਜਾਇਓ, ਅਤੇ ਉਸ ਤੋਂ ਪਹਿਲਾਂ ਤੁਸੀਂ ਇੱਕ ਸਿਨ ਨੰਬਰ ਹੈ ਜਿਹੜਾ ਉਹ ਵੀ ਤੁਸੀਂ ਲੈਣਾ ਚਾਹੋ, ਜਿਹਨੂੰ ਸੋਸ਼ਲ ਇੰਸ਼ੋਰੈਂਸ ਨੰਬਰ ਕਹਿੰਦੇ ਆ, ਅਤੇ ਇਹ ਤੁਸੀਂ ਸਰਵਿਸ ਕੈਨੇਡਾ ਸਰਚ ਕਰ ਲੈਣਾ ਆਪਣੇ ਨੀਅਰ ਬਾਏ ਏਰੀਆ 'ਚ, ਉੱਥੇ ਜਾ ਕੇ ਤੁਸੀਂ ਆਪਣਾ ਸਟੱਡੀ ਪਰਮਿਟ ਲੈ ਜਾਣਾ, ਇੱਕ ਲੈ ਜਾਣਾ ਪਾਸਪੋਰਟ, ਅਤੇ ਉਹ ਲਿਜਾ ਕੇ ਅਤੇ ਫਿਰ ਤੁਹਾਨੂੰ ਉੱਥੇ ਸਿਨ ਨੰਬਰ ਆਉਣ ਦੀ ਸਪੋਰਟ ਹੈ ਜਿਹੜਾ ਤੁਹਾਨੂੰ ਜਨਰੇਟ ਕਰਕੇ ਦੇ ਦੇਣਗੇ, ਅਤੇ ਉਸ ਤੋਂ ਬਾਅਦ ਤੁਸੀਂ ਇੱਥੇ ਆ ਕੇ ਲੈਣਾ ਜੀ ਸਿਮ ਕਾਰਡ। ਇੱਥੇ ਅਲੱਗ ਅਲੱਗ ਜਿਹੜੀਆਂ ਹੈ ਉਹ ਨੈਟਵਰਕ ਪ੍ਰੋਵਾਈਡਰ ਕੰਪਨੀਆਂ ਜਿਵੇਂ ਰੋਜਰ ਹੋ ਗਈ, ਫਾਈਡੋ ਹੋ ਗਈ, ਅਤੇ ਜਿਹੜੀ ਆ ਵਰਜ਼ਨ ਮੋਬਾਈਲ ਹੋ ਗਿਆ, ਅਤੇ ਇਹ ਤਿੰਨ ਤਰ੍ਹਾਂ ਦੇ ਜਿਹੜੇ ਆ ਮੇਨ ਜਿਹੜੇ ਇੱਥੇ ਮੋਬਾਈਲ ਨੈਟਵਰਕ ਪ੍ਰੋਵਾਈਡਰ ਹੈਗੇ ਆ, ਅਤੇ ਇੱਥੇ ਤੁਸੀਂ ਆਪਣਾ ਸਿਮ ਜਿਹੜਾ ਉਹ ਆਪਣਾ ਲੈ ਲੈਣਾ। ਇੱਥੇ ਵੀ ਸੇਮ ਪ੍ਰੋਸੈਸ ਹੈ, ਤੁਹਾਨੂੰ ਆਪਣਾ ਪਾਸਪੋਰਟ ਅਤੇ ਸਟੱਡੀ ਪਰਮਿਟ ਲੈ ਕੇ ਜਾਣਾ ਪੈਣਾ, ਅਤੇ ਉਹਦੀ ਸਪੋਰਟ ਤੁਹਾਨੂੰ ਜਿਹੜਾ ਪਲੈਨ ਚੂਜ਼ ਕਰਨਾ ਉਸ ਹਿਸਾਬ ਨਾਲ ਤੁਹਾਨੂੰ ਤੁਸੀਂ ਆਪਣਾ ਸਿਮ ਨੰਬਰ ਲੈ ਆਓ, ਕਿਉਂਕਿ ਜਦੋਂ ਤੁਸੀਂ ਜੋਬ ਵਾਸਤੇ ਅਪਲਾਈ ਕਰੋਗੇ ਅਤੇ ਉੱਥੇ ਤੁਹਾਨੂੰ ਮੋਬਾਈਲ ਨੰਬਰ ਪ੍ਰੋਵਾਈਡ ਕਰਨਾ ਜ਼ਰੂਰੀ ਹੁੰਦਾ, ਅਤੇ ਉਹਦੇ ਥਰੂ ਹੀ ਤੁਹਾਨੂੰ ਉਹ ਕੰਟੈਕਟ ਕਰਨਗੇ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੈਟਰੋ ਕਾਰਡ ਦੀ। ਇੱਥੇ ਓਪਸ ਮੈਟਰੋ ਕਾਰਡ ਚੱਲਦਾ, ਅਤੇ ਉਹ ਤੁਸੀਂ ਸਟੂਡੈਂਟ ਓਪਸ ਕਾਰਡ ਬਣਾਉਣਾ, ਕਿਉਂਕਿ ਸਟੂਡੈਂਟ ਨੂੰ ਇੱਥੇ ਫੈਸਿਲਿਟੀ ਹੈ, ਉਹਨਾਂ ਨੂੰ ਦਾ ਜਿਹੜਾ ਓਪਸ ਕਾਰਡ ਹੈ ਮਹੀਨੇ ਦਾ ਉਹ ਘੱਟ ਡੋਲਰਸ ਵਿੱਚ ਬਣਦਾ ਐਸ ਕੰਪੇਅਰ ਟੂ ਦਾ ਅਨਦਰ ਕੈਟੇਗਰੀ। ਸੋ ਸਟੂਡੈਂਟ ਦਾ ਜਿਹੜਾ ਉਹ ਪਾਸ ਹੈ ਜਿਹੜਾ ਮੈਟਰੋ ਅਤੇ ਬੱਸ ਦੋਨਾਂ ਵਿੱਚ ਚੱਲਦਾ, ਮਲਟੀਪਲ ਐਂਟਰੀ ਹੁੰਦੀ ਹੈ ਮਹੀਨੇ 'ਚ, ਜਿੰਨੀ ਵਾਰੀ ਮਰਜ਼ੀ ਆਓ ਜਾਓ ਜਿੱਥੇ ਵੀ ਹੈ ਵਿਦਿਨ ਮੋਨਟਰੀਅਲ, ਅਤੇ $52 ਵਿੱਚ ਜਿਹੜਾ ਇਹ ਤੁਹਾਡਾ ਓਪਸ ਕਾਰਡ ਇਹ ਬਣ ਜਾਣਾ। ਅਤੇ ਜਿਹੜਾ ਸਟੂਡੈਂਟ ਦਾ ਓਪਸ ਕਾਰਡ ਕਿਵੇਂ ਬਣਨਾ ਹੈ ਉਹਦੀ ਜੇ ਆਪਾਂ ਗੱਲ ਕਰੀਏ, ਤੁਹਾਨੂੰ ਓਰੀਐਂਟੇਸ਼ਨ ਵਾਲੇ ਦਿਨ ਕਾਲਜ ਵਾਲੇ ਇੱਕ ਫੋਰਮ ਪ੍ਰੋਵਾਈਡ ਕਰਨਗੇ, ਉਹ ਫਿਲ ਕਰਕੇ ਤੁਸੀਂ ਇੱਥੇ ਮੈਟਰੋ 'ਤੇ ਚਲੇ ਜਾਣਾ। ਇੱਥੇ ਸਿਲੈਕਟਡ ਮੈਟਰੋ ਸਟੇਸ਼ਨ ਹੈਗੇ ਆ ਜਿਹਦੇ 'ਤੇ ਜਿਹੜਾ ਉਹ ਫੋਟੋ ਸਟੂਡੀਓ ਬਣੇ ਹੁੰਦੇ ਆ, ਉੱਥੇ ਤੁਸੀਂ ਆਪਣੀ ਫੋਟੋ ਕਲਿੱਕ ਕਰਵਾਉਣੀ ਹੈ, ਉੱਥੇ ਵੀ ਤੁਹਾਡਾ ਇੱਕ ਪਾਸਪੋਰਟ ਅਤੇ ਸਟੱਡੀ ਪਰਮਿਟ ਨਾਲ ਉਹਦੀ ਸਕੈਨਿੰਗ ਹੋਊਗੀ। ਸਟੂਡੈਂਟ ਦਾ ਓਪਸ ਕਾਰਡ ਬਣਾ ਕੇ ਦੇ ਦੇਣਾ, ਤੁਹਾਡੀ ਇੱਕ ਫੋਟੋ ਲੱਗੀ ਹੋਊਗੀ ਉਸ ਕਾਰਡ 'ਤੇ, ਅਤੇ ਜਿਹੜਾ ਮੰਥਲੀ ਤੁਹਾਡਾ ਉਹ $52 ਦੇ ਵਿੱਚ ਜਿਹੜਾ ਓਪਸ ਕਾਰਡ ਤੁਹਾਨੂੰ ਮਿਲ ਜੂਗਾ। ਜਦੋਂ ਆਪਾਂ ਨਿਊ ਓਪਸ ਕਾਰਡ ਅਪਲਾਈ ਕਰਨਾ ਹੁੰਦਾ ਉਦੋਂ ਥੋੜ੍ਹੀ ਜਿਹੀ ਉਹਦੀ ਫੀਸ ਹੁੰਦੀ ਹੈ, $15-16 ਦੇ ਰਾਊਂਡ, ਅਤੇ ਉਹ ਵਨ ਟਾਈਮ ਫੀਸ ਆ ਉਹ ਲੱਗਣੀ ਆ। ਉਸ ਤੋਂ ਬਾਅਦ $52 ਹਰ ਮੰਥ ਤੁਹਾਨੂੰ ਆ ਜਿਹੜੀ ਉਹ ਟਰਾਂਸਪੋਰਟੇਸ਼ਨ ਕਾਰਡ ਦੇ ਚਾਰਜਿਸ ਲੱਗਣਗੇ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਹੁਣ ਇੱਥੇ ਜੋਬ ਦੀ। ਹੁਣ ਜੋਬ ਇੱਥੇ ਆਪਾਂ ਕਿਵੇਂ ਅਪਲਾਈ ਕਰਨੀ ਹੈ, ਇੱਥੇ ਜੋਬ ਏਜੰਸੀਜ਼ ਹੁੰਦੀਆਂ ਬਹੁਤ ਸਾਰੀਆਂ, ਅਤੇ ਉੱਥੇ ਜਾ ਕੇ ਤੁਸੀਂ ਆਪਣਾ ਸਟੱਡੀ ਪਰਮਿਟ, ਆਪਣਾ ਪਾਸਪੋਰਟ ਅਤੇ ਇੱਕ ਸਿਮ ਨੰਬਰ ਲੈ ਜਾਣਾ, ਅਤੇ ਉਹ ਉੱਥੇ ਸਕੈਨ ਕਰ ਲੈਣਗੇ, ਅਤੇ ਤੁਹਾਡੇ ਤੋਂ ਤੁਹਾਡਾ ਸਕੈਜੂਲ ਪੁੱਛਣਗੇ ਤੁਹਾਡੀ ਕਲਾਸਿਸ ਦੇ ਅਕੋਰਡਿੰਗ ਵੀ ਤੁਹਾਡੀਆਂ ਕਿਹੜੇ ਦਿਨ ਕਲਾਸਿਸ ਹੁੰਦੀਆਂ ਨੇ, ਕਿਹੜੇ ਟਾਈਮ ਤੁਸੀਂ ਜਿਹੜੇ ਆ ਫਰੀ ਹੁੰਦੇ ਹੋ, ਅਤੇ ਉਹ ਤੋਂ ਉਹਨਾਂ ਕੋਲ ਜਿਹੜੀਆਂ ਜਦੋਂ ਵੀ ਕੋਈ ਜੋਬ ਹੋਊਗੀ ਤੁਹਾਨੂੰ ਫੋਨ ਕਰਕੇ ਉਹ ਦੱਸ ਦੇਣਗੇ, ਅਤੇ ਤੁਸੀਂ ਉਸ ਟਾਈਮਿੰਗ ਦੇ ਹਿਸਾਬ ਨਾਲ ਉੱਥੇ ਪਹੁੰਚਣਾ ਹੁੰਦਾ, ਅਤੇ ਜਿਹੜੀ ਉਹ ਪੇਮੈਂਟ ਹੁੰਦੀ ਆ ਉਹ ਤੁਹਾਨੂੰ ਹਫ਼ਤੇ ਤੋਂ ਬਾਅਦ ਜਿਹੜੀਆਂ ਇਹ ਕੰਪਨੀਆਂ ਜਿਹੜੀਆਂ ਉਹ ਪੇ ਕਰਦੀਆਂ। ਅਤੇ ਜੇ ਤੁਹਾਡੇ ਇੱਥੇ ਰੈਫਰੈਂਸਿਸ ਹੈਗੇ ਆ, ਫਰੈਂਡ ਹੈਗੇ ਆ, ਅਤੇ ਉਹ ਵੀ ਇੱਥੇ ਜਿਹੜੇ ਬੜੇ ਕੰਮ ਕਰਦੇ ਆ, ਅਤੇ ਤੁਹਾਨੂੰ ਥੋੜ੍ਹਾ ਜਿਹਾ ਫਾਇਦਾ ਹੋ ਸਕਦਾ। ਸੋ ਇਸ ਕਰਕੇ ਜਿਹੜੇ ਆ ਰੈਫਰੈਂਸ ਹੈ ਇਹ ਬਹੁਤ ਕੰਮ ਕਰਦੇ ਆ, ਤੁਸੀਂ ਉਹਨਾਂ ਦੀ ਬੜੀ ਹੈਲਪ ਲੈ ਸਕਦੇ ਹੋ। ਅਤੇ ਹੁਣ ਜੇ ਆਪਾਂ ਗੱਲ ਕਰੀਏ ਨਿਊ ਰੂਲਸ ਦੀ, ਅਤੇ ਨਿਊ ਰੂਲਸ ਜਿਹੜੇ ਤੁਹਾਨੂੰ ਪਤਾ ਕਿਊਬੈਕ ਗੌਰਮੈਂਟ ਨੇ ਕੱਢੇ ਸੀਗੇ, ਅਤੇ ਬਾਅਦ 'ਚ ਉਹ ਬੈਕ ਟਰੈਕ ਕਰ ਲਏ, ਅਤੇ ਉਹ ਰੂਲ ਅਤੇ ਉਹ ਰੂਲ ਦਾ ਕੀ ਸਿਸਟਮ ਸੀਗਾ, ਅਤੇ ਉਹ ਜੇ ਆਪਾਂ ਰੂਲ ਦੀ ਗੱਲ ਕਰੀਏ ਉਹ ਸੀਗੇ ਜੀ AEC ਅਤੇ DEC ਨੂੰ ਲੈ ਕੇ, ਯਾਨੀ ਕਿ ਅਟੈਸਟੇਸ਼ਨ ਆਫ ਕੋਲਜ ਸਟੱਡੀ ਅਤੇ ਡਿਪਲੋਮਾ ਆਫ ਕੋਲਜ ਸਟੱਡੀ, ਅਤੇ ਇਸ ਤਰ੍ਹਾਂ ਦੇ ਜਿਹੜੇ ਕੋਰਸਿਸ ਨੂੰ ਲੈ ਕੇ ਉਹ ਸਸਪੈਂਸ ਜਿਹਾ ਸੀਗਾ, ਜਿਹੜਾ ਹਲੇ ਤੱਕ ਜ਼ਿਆਦਾ ਕਲੀਅਰ ਨਹੀਂ ਹੋਇਆ, ਪਰ ਜਿਹੜੀ ਕਿਊਬੈਕ ਗੌਰਮੈਂਟ ਨੇ ਉਹ ਬੈਕ ਟਰੈਕ ਕਰ ਲਿਆ। ਅਤੇ ਜਿਵੇਂ ਕਿ ਹੁਣ ਆਪਾਂ ਨੂੰ ਕਈਆਂ ਨੂੰ ਪਤਾ ਗਿਆ ਕਿ ਕਿਊਬੈਕ ਗੌਰਮੈਂਟ ਕਿਵੇਂ ਵਰਕ ਕਰਦੀ ਹੈ ਅਤੇ ਕੀ ਸਿਸਟਮ ਹੈ, ਅਤੇ ਇਹ ਕੈਨੇਡਾ ਦੇ ਨਾਲ ਥੋੜ੍ਹੇ ਜਿਹੇ ਇਹਨਾਂ ਦੇ ਅਲੱਗ ਰੂਲ ਹੈ, ਇਹਨਾਂ ਦੇ ਜਸਟਿਨ ਟਰੂਡੋ ਉਹ ਵੀ ਇੱਥੋਂ ਦੇ ਹੈ, ਅਤੇ ਬਟ ਇਹ ਥੋੜ੍ਹਾ ਜਿਹਾ ਜਿਹੜਾ ਸੂਬਾ ਇਹ ਥੋੜ੍ਹਾ ਜਿਹਾ ਹੋਰ ਅਲੱਗ ਤਰ੍ਹਾਂ ਨਾਲ ਕੰਮ ਕਰਦਾ। ਇੱਥੇ ਫਰੈਂਚ ਡੋਮੀਨੇਟਡ ਏਰੀਆ ਹੈਗਾ, ਫਰੈਂਚ ਜ਼ਿਆਦਾ ਇੱਥੇ ਬੋਲੀ ਜਾਂਦੀ ਹੈ ਕੰਪੇਅਰ ਟੂ ਅਨਦਰ ਸਟੇਟਸ ਆਫ ਕੈਨੇਡਾ, ਅਤੇ ਇੱਥੇ ਫਰੈਂਚ ਬੈਰੀਅਰ ਥੋੜ੍ਹਾ ਜਿਹਾ ਜੇ ਕਿਹਾ ਜਾਏ ਵੀ ਹੈਗਾ ਤਾਂ ਉਹ ਕੋਈ ਬਾਹਲੀ ਵੱਡੀ ਗੱਲ ਨਹੀਂ ਹੋਊਗੀ, ਅਤੇ ਸੱਚ 'ਚ ਜਿਹੜਾ ਇਹਦੇ 'ਚ ਫਰੈਂਚ ਬੈਰੀਅਰ ਆ ਜਿਹੜੀ ਸਟੇਟ 'ਚ ਬਹੁਤ ਜ਼ਿਆਦਾ ਹੈਗਾ। ਅਤੇ ਜੇ ਤੁਸੀਂ ਫਰੈਂਚ ਸਿੱਖ ਕੇ ਆਉਂਦੇ ਹੋ ਉੱਥੋਂ
ਏ ਟੂ ਜਾਂ ਬੀ ਵਨ ਲੈਵਲ ਦੀ ਤਾਂ ਬਹੁਤ ਬੈਸਟ ਹੋਊਗਾ, ਕਿਉਂਕਿ ਬੀ ਟੂ ਲੈਵਲ ਜੇ ਆਪਾਂ ਇੱਥੇ ਫਰੈਂਚ ਕਰ ਲੈਂਦੇ ਹਾਂ ਤਾਂ ਤੁਸੀਂ ਸੀ ਐੱਸ ਕਿਊ ਅਪਲਾਈ ਕਰਨ ਵਾਸਤੇ ਐਲੀਜੀਬਲ ਹੋ ਜਾਂਦੇ ਹੋ। ਹੁਣ ਤੁਹਾਨੂੰ ਕਈਆਂ ਨੂੰ ਪਤਾ ਹੀ ਆ ਵੀ ਸੀ ਐੱਸ ਕਿਊ ਕੀ ਹੁੰਦਾ, ਯਾਨੀ ਫੁੱਲ ਫੋਮ ਹੈਗੀ ਹੈ ਕਿਊਬੈਕ ਸਿਲੈਕਸ਼ਨ ਸਰਟੀਫਿਕੇਟ। ਸੋ ਜਦੋਂ ਆਪਾਂ ਬੀ ਟੂ ਲੈਵਲ ਜਿਹੜਾ ਟੈਸਟ ਹੈ ਉਹ ਕਲੀਅਰ ਕਰ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਜਿਹੜੀ ਆਪਣੀ ਹੈ ਸੀ ਐੱਸ ਕਿਊ ਮਿਲ ਜਾਂਦੀ ਹੈ, ਯਾਨੀ ਕਿ ਇਸ ਸਟੇਟ ਦੀ ਹੈ ਜਿਹੜੀ ਆਪਾਂ ਨੂੰ ਕਿਊਬੈਕ ਦੀ ਉਹ ਇੱਕ ਹਿਸਾਬ ਦੀ ਪੀ ਆਰ ਮਿਲ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਫੈਡਰਲ ਲੈਵਲ 'ਤੇ ਜਿਹੜੀ ਹੈ ਕੈਨੇਡਾ ਦੀ ਉਹ ਪੀ ਆਰ ਅਪਲਾਈ ਕਰਨੀ ਹੁੰਦੀ ਹੈ। ਅਤੇ ਇਹ ਫਾਸਟ ਟਰੈਕ ਥੋੜ੍ਹਾ ਜਿਹਾ ਸਿਸਟਮ ਹੁੰਦਾ ਅਤੇ ਇਹਦੇ ਨਾਲ ਜਿਹੜੀ ਹੈ ਆਪਾਂ ਨੂੰ ਇੱਥੇ ਸਟੇਟ ਪੀ ਆਰ ਲੈਣ ਵਾਸਤੇ ਉਹ ਥੋੜ੍ਹੀ ਜਿਹੀ ਆਸਾਨੀ ਹੋ ਜਾਂਦੀ ਹੈ। ਅਤੇ ਇਸ ਤਰ੍ਹਾਂ ਦੇ ਜਿਹੜੇ ਥੋੜ੍ਹੇ ਜਿਹੇ ਰੂਲ ਹੈ ਜਿਹੜੇ ਉਹ ਕਿਊਬੈਕ ਗੌਰਮੈਂਟ ਨੇ ਥੋੜ੍ਹੇ ਜਿਹੇ ਸਖ਼ਤ ਕਰਤੇ ਸੀ ਕਿ ਜਿਹੜੇ ਏ ਈ ਸੀ ਪ੍ਰੋਗਰਾਮ ਹੈ ਉਹ ਜਿਹੜੇ ਹੋਣਗੇ ਉਹ ਐਲੀਜੀਬਲ ਨਹੀਂ ਹੋਣਗੇ ਇਸ ਫਾਸਟ ਟਰੈਕ ਜਿਹੜੇ ਹੈ ਸਿਸਟਮ ਲਈ, ਜਾਣ ਕਿ ਆਹ ਫਾਸਟ ਟਰੈਕ ਸਿਸਟਮ ਦੇ ਵਿੱਚ ਆਹਲੇ ਕੋਰਸਿਸ ਹੈ ਜਿਹੜੇ ਸੀ ਐੱਸ ਕਿਊ ਲੈਣ ਵਾਸਤੇ ਐਲੀਜੀਬਲ ਨਹੀਂ ਹੋਣਗੇ। ਅਤੇ ਡੀ ਸੀ ਜਿਹੜੇ ਜ਼ਿਆਦਾਤਰ ਪ੍ਰੋਗਰਾਮ ਡਿਪਲੋਮਾ ਔਫ ਕੋਲੇਜ ਸਟੱਡੀ ਉਹ ਥੋੜ੍ਹੇ ਜਿਹੇ ਜ਼ਿਆਦਾ ਪ੍ਰੋਗਰਾਮ ਜਿਹੜੇ ਇਹਦੇ ਵਾਸਤੇ ਐਲੀਜੀਬਲ ਕੈਟੇਗਰੀ 'ਚ ਉਹਨਾਂ ਨੇ ਪਾਏ ਸੀ, ਜਿਹੜੀ ਐਲੀਜੀਬਲ ਲਿਸਟ ਸੀ ਉਹਨਾਂ ਦੀ ਕੈਟੇਗਰੀ, ਅਤੇ ਉਸ ਲਿਸਟ 'ਚ ਆਹ ਇਹ ਪਾਏ ਸੀਗੇ। ਅਤੇ ਆਹ ਜੇ ਹੁਣ ਆਪਾਂ ਗੱਲ ਕਰੀਏ ਤਾਂ ਕੋਰਸ ਹੁੰਦੇ ਆ ਉਹ 1800 ਘੰਟਿਆਂ ਦੇ ਨੀਅਰ ਅਬਾਊਟ ਹੁੰਦੇ ਆ, ਅਤੇ ਉਹ ਫਿਰ ਪੀ ਈ ਕਿਊ ਯਾਨੀ ਕਿ ਕਿਊਬੈਕ ਦਾ ਜਿਹੜਾ ਐਕਸਪੀਰੀਅੰਸ ਪ੍ਰੋਗਰਾਮ ਹੈ ਕਿਊਬੈਕ ਐਕਸਪੀਰੀਅੰਸ ਪ੍ਰੋਗਰਾਮ ਇਹਦੇ ਵਾਸਤੇ ਐਲੀਜੀਬਲ ਹੋ ਜਾਂਦੇ ਸੀਗੇ। ਯਾਨੀ ਕਿ ਤੁਸੀਂ ਆਪਣਾ ਸਟੱਡੀ ਕਰੋ ਅਤੇ ਉਸ ਤੋਂ ਬਾਅਦ ਜਿਹੜਾ ਆਪਣਾ ਇਹ ਕਿਊਬੈਕ ਐਕਸਪੀਰੀਅੰਸ ਪ੍ਰੋਗਰਾਮ ਦੇ ਵਿੱਚ ਆਉਂਦੀ ਸੀ ਇਹ ਕੈਟੇਗਰੀ, ਅਤੇ ਤੁਸੀਂ ਫਰੈਂਚ ਦਾ ਬੀ ਟੂ ਲੈਵਲ ਟੈਸਟ ਦਿਓ ਅਤੇ ਤੁਸੀਂ ਕੋਈ ਵੀ ਜੋਬ ਕਰਦੇ ਹੋ ਇੱਥੇ, ਅਤੇ ਐਨੀ ਟਾਈਪ ਆਫ ਜੋਬ ਤੁਸੀਂ ਜੇ ਇੱਥੇ ਕਰਦੇ ਹੋ ਅਤੇ ਤੁਸੀਂ ਆਪਣੀ ਜਿਹੜੀ ਹੈ ਪੀ ਆਰ ਇੱਥੇ ਅਪਲਾਈ ਕਰ ਸਕਦੇ ਹੋ ਕਿਊਬੈਕ ਦੀ। ਪਹਿਲਾਂ ਤੁਸੀਂ ਕਿਊਬੈਕ ਦੀ ਉਹ ਜਿਹੜੀ ਪੀ ਆਰ ਅਪਲਾਈ ਕਰੋਗੇ ਜੀ, ਯਾਨੀ ਕਿ ਸੀ ਐੱਸ ਕਿਊ ਅਪਲਾਈ ਕਰੋਗੇ ਉਹਦੇ ਵਾਸਤੇ, ਅਤੇ ਫਾਸਟ ਟਰੈਕ ਜਿਹੜਾ ਇਹ ਮੈਥਡ ਸੀਗਾ। ਪਰ ਇਹਦੇ ਵਿੱਚੋਂ ਕਿਊਬੈਕ ਗੌਰਮੈਂਟ ਨੇ ਕੀ ਕੀਤਾ ਕਿ ਏ ਈ ਸੀ ਜਿਹੜੇ ਪ੍ਰੋਗਰਾਮ ਹੈ ਉਹ ਉਹਨਾਂ ਦੇ ਲਿਸਟ ਹਟਾ ਤੀ। ਅਤੇ ਵੈਸੇ ਵੀ ਜਿਹੜੇ ਏ ਈ ਸੀ ਪ੍ਰੋਗਰਾਮ ਹੈ ਕਈ ਉਹ 1800 ਘੰਟਿਆਂ ਤੋਂ ਘੱਟ ਹੈ, ਅਤੇ 1800 ਘੰਟਿਆਂ ਦੇ ਜਿਹੜੇ ਨੀਅਰ ਅਬਾਊਟ ਕੋਰਸ ਹੈਗੇ ਆ ਉਹ ਜ਼ਿਆਦਾ ਐਲੀਜੀਬਲ ਹੁੰਦੇ ਆ ਪੀ ਈ ਕਿਊ ਵਾਸਤੇ। ਅਤੇ ਵੈਸੇ ਇਹਦਾ ਕੋਈ ਜ਼ਿਆਦਾ ਇਸ਼ੂ ਨਹੀਂ ਜੇ ਇਹ ਇਹਨਾਂ ਨੇ ਕਿਊਬੈਕ ਗੌਰਮੈਂਟ ਨੇ ਵਾਲੀ ਜਿਹੜੇ ਆ ਲਿਸਟ ਕੱਢ ਵੀ ਦਿੱਤੀ ਸੀ ਤਾਂ ਵੀ ਫਿਰ ਆਪਣੇ ਕੋਲ ਇੱਕ ਨਦਰ ਆਪਸ਼ਨ ਬਚਦੀ ਸੀ ਕਿ ਆਪਾਂ ਆਪਣੀ ਸਟੱਡੀ ਕੰਪਲੀਟ ਕਰਕੇ ਸਾਲ ਇੱਕ ਸਾਲ ਦਾ ਜਿਹੜਾ ਐਕਸਪੀਰੀਅੰਸ ਲਈਏ ਆਪਣੀ ਫੀਲਡ ਦੇ ਵਿੱਚ ਜਾਂ ਹੋਰ ਕਿਸੇ ਵਧੀਆ ਲੈਵਲ ਦੀ ਜੋਬ ਵਿੱਚ ਮੈਨੇਜਰ ਟਾਈਪ ਜੋਬ ਵਿੱਚ, ਅਤੇ ਉਸ ਤੋਂ ਬਾਅਦ ਜਦੋਂ ਆਪਣੇ ਪੁਆਇੰਟ ਜੁੜ ਜਾਂਦੇ ਆ ਅਤੇ ਆਪਾਂ ਪੁਆਇੰਟ ਦੇ ਹਿਸਾਬ ਨਾਲ ਵੀ ਇਹ ਜਿਹੜੀ ਆਪਣੇ ਸੀ ਐੱਸ ਕਿਊ ਅਪਲਾਈ ਕਰ ਸਕਦੇ ਹਾਂ। ਜਾਂ ਕਈ ਹੋਰ ਸਟੂਡੈਂਟ ਕੀ ਕਰਦੇ ਆ ਵੀ ਇੱਥੇ ਸਟੱਡੀ ਕਰ ਲੈਂਦੇ ਆ ਅਤੇ ਉਸ ਤੋਂ ਬਾਅਦ ਕੁਛ ਹੋਰ ਸਟੇਟ 'ਚ ਜਿਹੜੀ ਮੂਵ ਕਰ ਜਾਂਦੇ ਆ ਜਿੱਥੇ ਉਹ ਆਇਲਸ ਦਾ ਟੈਸਟ ਦੇ ਸਕਦੇ ਆ 8.78 ਲੈ ਕੇ ਪੁਆਇੰਟ ਸਿਸਟਮ ਦੇ ਹਿਸਾਬ ਨਾਲ ਫਿਰ ਉਹ ਆਪਣੀ ਪੀ ਆਰ ਅਪਲਾਈ ਕਰ ਲੈਂਦੇ ਆ। ਸੋ ਆਹ ਤਾਂ ਸੀਗਾ ਜੀ ਜਿਹੜਾ ਸਿਸਟਮ, ਜਿਹੜੇ ਨਿਊ ਰੂਲਸ ਜਿਹੜੇ ਕਿਊਬੈਕ ਗੌਰਮੈਂਟ ਨੇ ਕੱਢੇ ਸੀ ਉਹਦੇ ਬਾਰੇ ਤੁਹਾਨੂੰ ਮੈਂ ਥੋੜ੍ਹਾ ਜਿਹਾ ਸ਼ੋਰਟ ਫੋਰਮ ਵਿੱਚ ਥੋੜ੍ਹਾ ਜਿਹਾ ਦੱਸਤਾ। ਅਤੇ ਆਹ ਤੁਹਾਨੂੰ ਜਿਹੜੇ ਪਹਿਲਾਂ ਮੈਂ ਪੁਆਇੰਟ ਦੱਸੇ ਏਅਰਪੋਰਟ ਅਤੇ ਆਪਾਂ ਕੀ ਕਰਨਾ ਹੁੰਦਾ ਇਹਦਾ, ਜਿਹੜੀ ਮੈਂ ਥੋੜ੍ਹੀ ਜਿਹੀ ਵਿਸਤਾਰ ਵਿੱਚ ਵੀਡੀਓ ਬਣਾਊਂਗਾ ਥੋੜ੍ਹੇ ਦਿਨਾਂ ਬਾਅਦ, ਅਤੇ ਅਕੋਮੋਡੇਸ਼ਨ ਆਪਾਂ ਕਿਵੇਂ ਫਾਇੰਡ ਕਰਨੀ ਹੈ ਉਹ ਦੱਸੂਗਾ, ਜੋਬ ਦਾ ਤੁਹਾਨੂੰ ਮੈਂ ਇੱਕ ਨਵਾਂ ਵੀਲੌਗ ਬਣਾਊਂਗਾ ਉਹਦੇ ਦੱਸੂਗਾ ਵੀ ਜੋਬ ਆਪਾਂ ਕਿਵੇਂ ਕਿਵੇਂ ਸਰਚ ਕਰਨੀ ਹੈ, ਕਿਵੇਂ ਅਪਲਾਈ ਕਰਕੇ ਆਉਣਾ ਏਜੰਸੀ ਵਿੱਚ, ਇਹ ਸਾਰੀ ਮੈਂ ਵਿਸਤਾਰ ਵਿੱਚ ਵੀਡੀਓ ਬਣਾ ਕੇ ਤੁਹਾਨੂੰ ਦੱਸੂੰਗਾ। ਅਤੇ ਉਸ ਤੋਂ ਬਾਅਦ ਕੋਲੇਜ ਚੇਂਜ ਕਰ ਸਕਦੇ ਹਾਂ ਜਾਂ ਹੋਰ ਕੋਰਸ ਆਪਾਂ ਚੇਂਜ ਕਰ ਸਕਦੇ ਹਾਂ ਇੱਥੇ ਆ ਕੇ, ਉਹਦੇ ਬਾਰੇ ਤੁਹਾਨੂੰ ਥੋੜ੍ਹੀ ਜਿਹੀ ਨੌਲੇਜ ਦਊਂਗਾ। ਅਤੇ ਉਸ ਤੋਂ ਬਾਅਦ ਹੀ ਬੈਂਕ 'ਚ ਅਕਾਊਂਟ ਕਿਵੇਂ ਓਪਨ ਕਰਾਉਣਾ, ਸਿਨ ਨੰਬਰ ਆਪਾਂ ਕਿਵੇਂ ਅਪਲਾਈ ਕਰਨਾ ਸਰਵਿਸ ਕੈਨੇਡਾ 'ਚ ਜਾ ਕੇ, ਉਸ ਤੋਂ ਬਾਅਦ ਮੈਟਰੋ ਕਾਰਡ ਦਾ ਇਹ ਆਸਾਨ ਹੀ ਹੈ ਵੈਸੇ ਤਾਂ, ਅਤੇ ਇਹਦੇ ਬਾਰੇ ਵੀ ਤੁਹਾਨੂੰ ਦੱਸੂਗਾ, ਨੌਲੇਜ ਦਊਂਗਾ ਇਹਦੇ ਬਾਰੇ ਕਿਵੇਂ ਕਿਹੜੇ ਤੁਸੀਂ ਕਿੱਥੇ ਜਾ ਕੇ ਇੱਥੇ ਆ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਫਰੈਂਚ ਬੈਰੀਅਰ, ਹਾਂਜੀ ਫਰੈਂਚ ਬੈਰੀਅਰ ਜ਼ਰੂਰ ਹੈਗਾ ਇੱਥੇ, ਜੇ ਤੁਸੀਂ ਫਰੈਂਚ ਕਰਕੇ ਆਉਂਦੇ ਹੋ ਬੈਸਟ ਹੈ, ਫਿਰ ਥੋੜ੍ਹੀ ਜਿਹੀ ਤਾਂ ਡਿਫੀਕਲਟੀ ਇੱਥੇ ਫੇਸ ਕਰਨੀ ਪੈਂਦੀ ਹੈ ਕਿਉਂਕਿ ਫਰੈਂਚ ਜਿਹਨੂੰ ਆਉਂਦੀ ਹੈ ਉਹਨੂੰ ਫਸਟ ਪ੍ਰਿਓਰਟੀ ਮਿਲਦੀ ਹੈ ਹਰੇਕ ਤਰ੍ਹਾਂ ਦੀ ਜੋਬ ਵਿੱਚ। ਇਸ ਕਰਕੇ ਜੇ ਤੁਸੀਂ ਕਿਊਬੈਕ ਆਉਣਾ ਚਾਹੁੰਦੇ ਹੋ, ਕੋਈ ਜ਼ਿਆਦਾ ਜ਼ਰੂਰੀ ਨਹੀਂ ਵੈਸੇ ਕੰਮ ਚੱਲ ਜਾਂਦਾ ਇੰਗਲਿਸ਼ ਵਾਲੇ ਪਰਸਨ ਦਾ ਵੀ, ਬਟ ਮੈਂ ਵੀ ਥੋੜ੍ਹੇ ਮਹੀਨੇ ਉੱਥੋਂ ਫਰੈਂਚ ਸਿੱਖ ਕੇ ਆਇਆ ਸੀ, ਥੋੜ੍ਹਾ ਬਹੁਤਾ ਇੱਥੇ ਈਜ਼ੀ ਹੋ ਜਾਂਦਾ, ਇਸ ਕਰਕੇ ਫਰੈਂਚ ਜੇ ਆਉਂਦੀ ਜਾਂ ਨਹੀਂ ਆਉਂਦੀ ਤਾਂ ਵੀ ਬਾਹਲੀ ਕੋਈ ਚੱਕਰ ਨਹੀਂ, ਵੈਸੇ ਇੱਕ ਪਲੱਸ ਪੁਆਇੰਟ ਹੋ ਜਾਂਦਾ ਇੱਥੇ, ਥੋੜ੍ਹੀ ਜਿਹੀ ਜੋਬ ਹੈ ਉਹ ਈਜ਼ੀਲੀ ਮਿਲ ਜਾਂਦੀ ਹੈ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਫੇਕ ਕਾਲ ਦੀ।
ਇੱਥੇ ਆ ਕੇ ਫੇਕ ਕਾਲ ਦਾ ਆਪਾਂ ਨੂੰ ਬਹੁਤ ਫੇਸ ਕਰਨੀਆਂ ਪੈਂਦੀਆਂ ਫੇਕ ਕਾਲ 'ਚ, ਅਤੇ ਉਹ ਆਪਾਂ ਨੂੰ ਯਾਨੀ ਕਿ ਜਿਵੇਂ ਆਪਣੇ ਇੰਡੀਆ 'ਚ ਹੁੰਦਾ ਸੀ ਉੱਥੇ ਉਵੇਂ ਇੱਥੇ ਵੀ ਹੁੰਦਾ, ਅਤੇ ਲੋਕਾਂ ਨੇ ਇੱਥੇ ਵੀ ਜਿਹੜੇ ਠੱਗੀ ਠੋਰੇ ਦੇ ਕੰਮ ਉਹ ਸ਼ੁਰੂ ਕੀਤੇ ਹੋਏ ਆ, ਅਤੇ ਉਹ ਇੰਡੀਆ ਵਾਂਗੂ ਹੀ ਇੱਥੇ ਹਿਸਾਬ ਕਿਤਾਬ ਹੈ, ਉਹ ਠੱਗੀ ਠੋਰੀ ਇੱਥੇ ਵੀ ਚੱਲਦੀ ਹੈ। ਜਿਵੇਂ ਆਪਾਂ ਨੂੰ ਬੈਂਕ ਤੋਂ ਫੋਨ ਆਉਂਦਾ ਸੀਗਾ ਵੀ ਮੈਂ ਬੈਂਕ ਦਾ ਮੈਨੇਜਰ ਬੋਲ ਰਿਹਾ ਜਾਂ ਬੈਂਕ ਇੰਪਲੋਈ ਬੋਲ ਰਿਹਾ, ਅਤੇ ਉਹ ਆਪਣੇ ਤੋਂ ਸਾਰੀ ਆਪਣੀ ਕਾਰਡ ਦੀ ਡਿਟੇਲ ਜਾਂ ਆਪਣੇ ਬੈਂਕ ਅਕਾਊਂਟ ਦੀ ਡਿਟੇਲ ਲੈ ਲੈਂਦੇ ਆ, ਅਤੇ ਫਿਰ ਜਿਹੜੇ ਇੱਕ ਝਟਕੇ 'ਚ ਆ ਉਹ ਆਪਣੀ ਸਾਰੀ GIC ਡਾ ਲੈਂਦੇ ਆ, ਅਤੇ ਉਹਦੇ ਤੋਂ ਵੀ ਤੁਸੀਂ ਬਚ ਕੇ ਰਹਿਣਾ। ਕੋਈ ਜੇ ਤੁਹਾਨੂੰ ਫੇਕ ਗੱਲ ਆਉਂਦੀ ਆ ਕਿਸੇ ਤਰ੍ਹਾਂ ਦੀ ਵੀ ਹੈ ਜਿਹੜੀ ਉਹ ਜਾਣਕਾਰੀ ਉਹਨੂੰ ਫੋਨ 'ਤੇ ਨਹੀਂ ਦੇਣੀ, ਅਤੇ ਸੋ ਇਹਨਾਂ ਗੱਲਾਂ ਦਾ ਜਿਹੜਾ ਤਾਂ ਆਪਾਂ ਨੂੰ ਖਿਆਲ ਰੱਖਣਾ ਪੈਣਾ, ਤਾਂ ਹੀ ਇੱਥੇ ਆ ਕੇ ਆਪਾਂ ਇਹਨਾਂ ਫੇਕ ਗੱਲ ਤੋਂ ਬਚ ਸਕਦੇ ਹਾਂ। ਸੋ ਮੇਰੇ ਕਈ ਫਰੈਂਡ ਵੀ ਇਹਦੇ ਇਸ ਠੱਗੀ ਠੋਰੀ ਦਾ ਸ਼ਿਕਾਰ ਹੋਇਆ, ਸੋ ਇਸ ਕਰਕੇ। ਬਾਕੀ ਜੇ ਤੁਸੀਂ ਇੱਥੇ ਆਉਂਦੇ ਹੋ, ਤੁਹਾਡਾ ਕੋਈ ਇੱਥੇ ਹੈ ਨਹੀਂ ਗਾ ਨੋਨ, ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਡਿਫੀਕਲਟੀ ਫੇਸ ਕਰਨੀ ਪੈ ਰਹੀ ਹੈ, ਜਾਂ ਤੁਸੀਂ ਤੁਹਾਨੂੰ ਹੈ ਕਿ ਇੱਥੇ ਸਾਨੂੰ ਕੋਈ ਲੈਣ ਨਹੀਂ ਆਊਗਾ ਜਾਂ ਅਕੋਮੋਡੇਸ਼ਨ ਦਾ ਔਖਾ ਹੋਊਗਾ, ਤੁਸੀਂ ਬੇਝਿਜਕ ਮੇਰੇ ਫੇਸਬੁੱਕ ਪੇਜ 'ਤੇ ਮੈਸੇਜ ਕਰਕੇ ਅਤੇ ਉੱਥੇ ਤੁਸੀਂ ਹੈਲਪ ਲੈਣੀ ਚਾਹੁੰਦੇ ਹੋ ਤਾਂ ਲੈ ਸਕਦੇ ਹੋ। ਅਤੇ ਹੋਰ ਵੀ ਤੁਹਾਡੇ ਜੇ ਕੋਈ ਕਿਊਰੀ ਹੈ, ਕੋਈ ਤੁਹਾਡੇ ਮਨ 'ਚ ਸਵਾਲ ਆ, ਉਹ ਵੀ ਪੁੱਛ ਸਕਦੇ ਹੋ। ਅਤੇ ਇੰਸਟਾ 'ਤੇ ਮੈਨੂੰ ਤੁਸੀਂ ਫੋਲੋ ਕਰ ਸਕਦੇ ਹੋ, ਇੰਸਟਾ ਦੀ ਜਿਹੜੀ ਮੈਂ ID ਆ ਉਹ ਇੱਥੇ ਆਪਣੇ ਡਿਸਕ੍ਰਿਪਸ਼ਨ ਬੋਕਸ ਵਿੱਚ ਪਾ ਦੂੰਗਾ, ਅਤੇ ਤੁਹਾਨੂੰ ਮੇਰੀਆਂ ਵੀਡੀਓ 'ਚ ਵੀ ਡਿਸਪਲੇ ਹੁੰਦੀ ਹੋਊਗੀ, ਅਤੇ ਡਿਸਪਲੇ ਹੁੰਦੀ ਹੋਊਗੀ, ਤੁਸੀਂ ਮੈਨੂੰ ਕਦੇ ਵੀ ਮੈਸੇਜ ਕਰਕੇ ਕੋਈ ਵੀ ਕਿਸੇ ਤਰ੍ਹਾਂ ਦੀ ਹੈਲਪ ਹੈ ਉਹ ਉਹਦੇ ਬਾਰੇ ਪੁੱਛ ਸਕਦੇ ਹੋ, ਅਤੇ ਜਾਂ ਤਾਂ ਕੋਈ ਵੀ ਕਿਸੇ ਤਰ੍ਹਾਂ ਦਾ ਤੁਹਾਡੇ ਮਨ 'ਚ ਕੁਸ਼ਚਨ ਹੈ ਉਹਦੇ ਬਾਰੇ ਵੀ ਸਵਾਲ ਕਰ ਸਕਦੇ ਹੋ। ਸੋ ਅੱਜ ਦੀ ਵੀਡੀਓ ਨੂੰ ਮੈਂ ਇੱਥੇ ਖਤਮ ਕਰਦਾ ਹੋਇਆ ਤੁਹਾਡੇ ਕੋਲ ਇਜਾਜ਼ਤ ਲੈਂਦਾ, ਅਤੇ ਨੈਕਸਟ ਵੀਡੀਓ 'ਚ ਮਿਲਾਂਗੇ ਫਿਰ ਥੋੜ੍ਹੀ ਜਿਹੀ ਹੋਰ ਜਾਣਕਾਰੀ ਲੈ ਕੇ, ਅਤੇ ਥੋੜ੍ਹੇ ਜਿਹੇ ਵਿਸਤਾਰ ਦੇ ਨਾਲ ਤੁਹਾਨੂੰ ਦੱਸਾਂਗੇ ਕਿ ਜਿਹੜੇ ਆ ਪ੍ਰੋਸੀਜਰ ਕਿਵੇਂ ਫੋਲੋ ਕਰਨੇ ਹੁੰਦੇ ਆ ਅਤੇ ਕਿਵੇਂ ਕਿਵੇਂ। ਸੋ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ, ਸੋ ਤੁਹਾਡੇ ਵੀ ਜਿਹੜੇ ਯਾਰਾਂ ਦੋਸਤਾਂ ਦਾ ਔਰ ਜਿਹੜੇ ਇੱਥੇ ਕੈਨੇਡਾ ਆ ਰਹੇ ਆ ਜਾਂ ਆਉਣਾ ਚਾਹੁੰਦੇ ਆ, ਜੋ ਆਇਲਸ ਕਰ ਰਹੇ ਆ, ਅਤੇ ਉਹਨਾਂ ਦਾ ਵੀ ਥੋੜ੍ਹਾ ਜਿਹੜੀ ਹੈਲਪ ਹੋ ਸਕੇ ਕੈਨੇਡਾ ਆਉਣ ਤੋਂ ਪਹਿਲਾਂ, ਅਤੇ ਉਹਨਾਂ ਨੂੰ ਆਹ ਗੱਲਾਂ ਦਾ ਜੇ ਪਤਾ ਲੱਗ ਜਾਵੇ ਅਤੇ ਉਹ ਇੱਥੇ ਆਉਣ ਤੋਂ ਪਹਿਲਾਂ ਅਲਰਟ ਹੋ ਕੇ ਇੱਥੇ ਆ ਸਕਦੇ ਆ। ਇਸ ਕਰਕੇ ਇਹ ਵੀਡੀਓ ਜ਼ਰੂਰ ਆਪਣੇ ਫਰੈਂਡ ਸਰਕਲ ਵਿੱਚ ਸ਼ੇਅਰ ਕਰਨਾ, ਅਤੇ ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ ਦਿਸ ਵੀਡੀਓ, ਐਂਡ ਪਲੀਜ਼ ਸਬਸਕ੍ਰਾਈਬ ਦ ਚੈਨਲ ਟਰੂ ਐਡਵਾਈਜ਼ਰ।